اعوذ باللہ من الشیطان الرجیم بسم اللہ الرحمن الرحیم پاک بولدا اے اللہ دی جو کجے آسمانا وچ تے جو زمین وچ بادشاہ اے پاک ذات جو را والی حکمت والا اے اوہی اے جس اٹھایا ان پڑھاں وچ ایک پیغمبر انہاں وچوں پردہ انہاں اگے آیا تاں ودیاں تے سواردا انہاں نوں تے سکھاندا انہاں نوں قران تے حکمت تے ضرور ہو سن ایڈوں پہلے صاف کرائے پئے ہوئے ਤੇ ਇਹ پیغمبر ਉਹਨਾਂ ਬੰਦਿਆਂ ਲਈ ਵੀ ਹੈ ਜੋ ਅਜੇ ਤੱਕ ਨਹੀਂ ਮਿਲੇ ਮੁਸਲਮਾਨਾਂ ਨਾਲ ਤੇ ਉਹੋ ਹੀ ਜ਼ੋਰਾਵਾਰੀਕ ਮਤਾਮਾਲਾ ਇਹ ਫضل ਅੱਲਾ ਦਾ ਦਿੰਦਾ ਹੈ ਫضل ਜਿਸ ਨੂੰ ਚਾਹੇ ਕਿ ਅੱਲਾ ਬੜੇ ਫਜ਼ਲ ਵਾਲਾ ਹੈ ਖਾਨ ਉਹਨਾਂ ਦਾ ਜਿਨ੍ਹਾਂ ਦੇ ਸਿਰ ਚੁਕਾਈ ਤੌਰਾਤ ਫੇ ਉਹ ਨਾ ਚੁਕਿਓ ਨੇ ਖੋਤੇ ਦੇ ਖਾਨ ਮੰਗੂਏ ਜਿ ਚੁਕਦਾ ਹੈ ਕਿਤਾਬਾਂ ਬੁਰਾਇਆ ਖਾਨ ਉਹਨਾਂ ਲੋਕਾਂ ਦਾ ਜਿਨ੍ਹਾਂ ਚੁਟੜਾਈਆਂ ਆਇਆਂ ਤਾਂ ਅੱਲਾ ਦੀ ਤੇ ਅੱਲਾ ਨਹੀਂ ਰਾਹ ਪਾਉਂਦਾ ਜ਼ਾਲਮਾਂ ਲੋਕਾਂ ਨੂੰ ਹਬੀਬ ਆਖੋ ਨੇ ਐ ਜੁਦੀ ਬਣਨ ਵਾਲਿਓ ਜੇ ਤੁਸੀਂ ਗੁਵਾਨ ਕਰ ਦਿਓ ਭਾਈ ਤੁਸੀਂ ਪਿਆਰਿਓ ਅੱਲਾ ਦੇ ਸਵਾਦ ਸਭ ਲੋਕਾਂ ਦੇ ਤਾਂ ਆਰਜ਼ੂ ਕਰੋ ਮੌਤ ਦੀ ਜੇ ਤੁਸੀਂ ਸੱਚੇ ਹੋ ਤੇ ਨਾ ਆਰਜ਼ੂ ਕਰਨਗੇ ਉਸ ਦੀ ਕਦੇ ਵੀ ਉਸ ਬੱਬੋ ਜੋ ਅੱਗੇ ਕੱਲਿਆ ਉਹਨਾਂ ਦੇ ਹੱਥਾਂ ਨੇ ਤੇ ਅੱਲਾ ਜਾਣਦਾ ਜ਼ਲਮਾਨ ਤੁਸੀਂ ਆਖੋ ਜਿਸ ਮੌਤ ਤੋਂ ਤੁਸੀਂ ਨਸਦੇ ਹੋ ਸੋ ਉਸ ਨੇ ਤੁਹਾਨੂੰ ਜ਼ਰੂਰ ਮਿਲਣਾ ਹੈ ਫਿਰ ਮੋੜੇ ਜਾਓਗੇ ਗਾਇਬ ਤੇ ਜ਼ਾਹਿਰ ਤੇ ਜਾਣਨੇ ਵਾਲੇ ਵੱਲ ਫਿਰ ਦਿਤਾਏਗਾ ਤੁਹਾਨੂੰ ਜੋ ਤੁਸੀਂ ਕਰਦੇ ਸਾਬ ਐ ਇਮਾਨ ਵਾਲੇਓ ਜਦ ਬਾਂਗ ਹੋਵੇ ਨਮਾਜ਼ ਦੀ ਦਿਨ ਜੁਮੇ ਦੇ ਤਦ ਦੌੜੋ ਅੱਲਾ ਦੀ ਯਾਦ ਵੱਲ ਤੇ ਛੱਡ ਦਿਓ ਵੇਚਣਾ ਖਰੀਦਣਾ ਇਹੋ ਜੇ ਚੰਗਾ ਤੁਸਾਂ ਲਈ ਜੇ ਤੁਸੀਂ ਜਾਣਦੇ ਹੋ ਫਿਰ ਜਦ ਪੂਰੀ ਹੋ ਚੁੱਕੇ ਨਮਾਜ਼ ਤਦ ਖਿਲਰ ਜਾਓ ਜ਼ਮੀਨ ਵਿੱਚ ਤੇ ਟੁੰਡੋ ਬਦਲ ਅੱਲਾ ਦਾ ਤੇ ਯਾਦ ਕਰੋ ਅੱਲਾ ਨੂੰ ਬਹੁਤ ਆ ਸ਼ਾਇਦ ਤੁਹਾਡਾ ਭਲਾ ਹੋਵੇ ਹਬੀਬ ਤੇ ਜਦ ਵੇਖਦੇ ਨੇ ਤੇ ਜਾਦਤੀਆ ਖੇਡ ਖਿੰਡ ਜਾਂਦੇ ਨੇ ਉਧਰ ਤੇ ਛੱਡ ਜਾਂਦੇ ਨੇ ਤੈਨੂੰ ਖਲੋਤਾ ਤੁਸੀਂ ਆਖੋ ਯੋਕੁ ਅੱਲਾ ਕੋਲੇ ਚੰਗਾ ਏ ਖੇੜ ਤੇ ਸੌਦੇ ਨਾਲੋਂ ਤੇ ਅੱਲਾ ਸਭ ਤੋਂ ਚੰਗਾ ਰਿਸਕ ਦੇਣ ਵਾਲਾ